ਉਤਰ ਕਲਤਰ ਲਕਸ਼ਮੀ ਮਾਇਆ ਇਹ ਤਜੋ ਜੀ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲ ਹੈ ਸਾਰੰਗ ਪਾਲੀ ਨੇ ਐਸਾ ਵੇਖਿਆ ਸੰਸਾਰ ਕੋਈ ਜਦੋਂ ਸਮਾਂ ਆਉਂਦਾ ਕਿਸੇ ਦੀ ਲਿਹਾਜ਼ ਨਹੀਂ ਕਰਦਾ ਕਬੀਰ ਸਾਹਿਬ ਸਮਝਾਉਂਦੇ ਹੋਏ ਇਹ ਆਖ ਰਹੇ ਨੇ ਇਹ ਮੂਰਖ ਇਨਸਾਨ ਪੈਸੇ ਦੇ ਧਨ ਦੇ ਵਿੱਚ ਜ਼ਮੀਨ ਜਾਇਦਾਦਾਂ ਦੇ ਜਾਂ ਕਿਸੇ ਅਹੁਦੇ ਦੇ ਮਾਣ ਦੇ ਵਿੱਚ ਇਹ ਨਾ ਭੁੱਲ ਜਾਵੀਂ ਕਿ ਸੰਸਾਰ ਤੋਂ ਜਾਣਾ ਹੈ ਜਦੋਂ ਇਹ ਯਾਦ ਤੇਰੇ ਆਏਗਾ ਕਿ ਸੰਸਾਰ ਤੋਂ ਜਾਣਾ ਹੈ ਉਦੋਂ ਰੱਬ ਯਾਦ ਜ਼ਰੂਰ ਆਏਗਾ ਜਦੋਂ ਮੌਤ ਯਾਦ ਆਉਂਦੀ ਹੈ ਤੇ ਰੱਬ ਯਾਦ ਜ਼ਰੂਰ ਆਉਂਦਾ ਹੈ ਤਾਂ ਹੀ ਤੇ ਅਸੀਂ ਵੇਖੇ ਹੋਣਗੇ ਪੁਰਾਣੇ ਸਮਿਆਂ ਦੇ ਸਾਧੂ ਉਹ ਆਪਣੇ ਸਰੀਰ ਤੇ ਸਵਾਹ ਮਲਿਆ ਕਰਦੇ ਸਨ ਭਾਵੇਂ ਕਿ ਸਤਿਗੁਰੂ ਨੇ ਆਖਿਆ ਕਿ ਨਹੀਂ ਮੇਰਾ ਸਿੱਖ ਸਵਾਹ ਨਹੀਂ ਮਲੇਗਾ ਪਰ ਉਹਨਾਂ ਦਾ ਕੋਈ ਕਾਰਨ ਉਹ ਸਵਾਹ ਮਲਦੇ ਹੁੰਦੇ ਸਨ ਕਿਉਂ ਸਵਾਹ ਕੀ ਕਾਰਨ ਵੀ ਪਿੰਡੇ ਤੇ ਸਾਰਾ ਦਿਨ ਸਵਾਹ ਮਲ ਕੇ ਰੱਖਦੇ ਸੀ ਉਹਨਾਂ ਨੂੰ ਪੁੱਛਿਆ ਉਹ ਆਉਂਦੇ ਨੇ ਕਿ ਜਦੋਂ ਮੈਂ ਆਪਣੇ ਸਰੀਰ ਵੱਲ ਵੇਖਦਾ ਤੇ ਮੈਨੂੰ ਇਹ ਸਵਾਹ ਨਜ਼ਰ ਆਉਂਦੀ ਹੈ ਜਦੋਂ ਸਵਾਹ ਨਜ਼ਰ ਆਉਂਦੀ ਹੈ ਜਦੋਂ ਸਵਾਹ ਵੱਲ ਤੱਕਦਾ ਉਦੋਂ ਇਹ ਯਾਦ ਆ ਜਾਂਦਾ ਐਸ਼ ਮਨਾ ਇਹ ਸਰੀਰ ਨੇ ਜਿਸ ਸਰੀਰ ਦਾ ਤੂੰ ਮਾਣ ਕਰਦਾ ਜਿਸ ਸਰੀਰ ਦੇ ਵਿੱਚ ਆ ਕੇ ਤੂੰ ਬੜਾ ਉੱਚਾ ਹੋਇਆ ਫਿਰਦਾ ਆਪਣੇ ਆਪ ਨੂੰ ਸਮਝਦਾ ਇਹ ਸਰੀਰ ਨੇ ਇੱਕ ਦਿਨ ਰਾਖ ਬਣਦਾ ਜਦੋਂ ਸਵਾਹ ਯਾਦ ਆਉਂਦੀ ਹੈ ਇਹ ਯਾਦ ਆ ਜਾਂਦਾ ਹੈ ਜਦੋਂ ਸਵਾਹ ਉਹ ਰਾਖ ਦਿਸਦੀ ਹੈ ਇਹ ਯਾਦ ਆ ਜਾਂਦਾ ਕਿ ਇਹ ਸਰੀਰ ਨੇ ਰਾਖ ਬਣ ਜਾਣਾ ਜਦੋਂ ਇਹ ਯਾਦ ਆਉਂਦਾ ਕਿ ਇਸ ਸਰੀਰ ਨੇ ਰਾਖ ਬਣ ਜਾਣਾ ਮੌਤ ਯਾਦ ਆਉਂਦੀ ਹੈ ਤੇ ਮੌਤ ਯਾਦ ਆਉਂਦੀ ਹੈ ਜਦੋਂ ਉਦੋਂ ਮੈਨੂੰ ਪਰਮਾਤਮਾ ਪ੍ਰਭੂ ਪਰਮੇਸ਼ਰ ਯਾਦ ਆਉਂਦਾ ਇਸੇ ਕਰਕੇ ਆਖ ਰਹੇ ਨੇ ਨਾ ਸੱਟ ਇਸੇ ਕਰਕੇ ਮਾਰਦੇ ਨੇ ਬਾਬਾ ਫਰੀਦ ਨੂੰ ਪੁੱਛਿਆ ਕਿਉਂ ਮਾਤਾ ਪਿਤਾ ਦਾ ਜ਼ਿਕਰ ਕਰ ਦਿੱਤਾ ਜ਼ਿਕਰ ਮਾਤਾ ਪਿਤਾ ਦਾ ਕਰ ਰਹੇ ਨੇ ਤੇ ਸਮਝਾ ਕੀ ਰਹੇ ਨੇ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਨੇ ਉਹੀ ਓਏ ਕਿੱਥੇ ਨੇ ਤੇਰੇ ਮਾਤਾ ਪਿਤਾ ਯਾਦ ਕਰ ਜਿਨ੍ਹਾਂ ਨੇ ਤੈਨੂੰ ਕੁੱਛੜ ਚੁੱਕਿਆ ਸੀ ਖਿਡਾਇਆ ਸੀ ਜਿਨ੍ਹਾਂ ਦੇ ਤੂੰ ਪਿਆਰ ਲਾੜ ਦਾ ਆਨੰਦ ਮਾਣਿਆ ਸੀ ਕਿੱਥੇ ਨੇ ਯਾਦ ਕਰ ਜੇ ਮਾਤਾ ਪਿਤਾ ਕੋਲ ਹਨ ਤੇ ਦਾਦਾ ਦਾਦੀ ਵੇਖ ਕਿੱਥੇ ਗਏ ਨੇ ਕਿੱਥੇ ਗਏ ਨੇ ਜੇ ਬੜਾ ਪਿਆਰ ਕਰਿਆ ਕਰਦੇ ਸਨ ਤੈਨੂੰ ਲਾੜ ਕੜਿਆ ਕਰਿਆ ਕਰਦੇ ਸਨ ਜਿਨ੍ਹਾਂ ਦੇ ਪਿਆਰ ਵਰਗਾ ਤੈਨੂੰ ਸੰਸਾਰ ਦੇ ਵਿੱਚ ਹੋਰ ਕੋਈ ਪਿਆਰ ਹੀ ਨਹੀਂ ਮਿਲਿਆ ਕੋਈ ਕਿੱਥੇ ਨਹੀਂ ਯਾਦ ਕਰ ਆਖਰ ਉਹ ਇਸ ਸੰਸਾਰ ਦੇ ਵਿੱਚ ਨਹੀਂ ਰਹੇ ਤੇ ਸੰਸਾਰ ਦੇ ਵਿੱਚ ਤੂੰ ਕਿਹੜਾ ਰਹਿ ਰਹਿ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਨੇ ਉਹੇ ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਬਤੀਨੀ ਉਹੇ ਤੂੰ ਅਜੇ ਤੱਕ ਉਹ ਪਰਮੇਸ਼ਰ ਦਾ ਸ਼ੁਕਰਾਨਾ ਕਰਨ ਨਹੀਂ ਲੱਗਿਆ ਤੇ ਪਾਲਦਾ ਕੀ ਹੈ ਕੀ ਸੋਚਦਾ ਹੈ ਇਹ ਸੰਸਾਰ ਤੇ ਸਦਾ ਥਿਰ ਨਹੀਂ ਰਹਿਣਾ ਸਤਿਗੁਰੂ ਵਾਰ ਵਾਰ ਇਹ ਹੀ ਸਮਝਾ ਰਹੇ ਹਨ ਕਿਧਰੇ ਕਬੀਰ ਸਾਹਿਬ ਆਖ ਰਹੇ ਹਨ ਕਿਧਰੇ ਭਗਤ ਰਵਿਦਾਸ ਆਖ ਰਹੇ ਹਨ ਕਿਧਰੇ ਹੋਰ ਭਗਤ ਗੁਰੂ ਸਾਹਿਬਾਨ ਇਹ ਹੀ ਸਮਝਾ ਰਹੇ ਹਨ ਕਿ ਇਨਸਾਨ ਇਸ ਸੰਸਾਰ ਦੇ ਤੂੰ ਸਦਾ ਥਿਰ ਨਹੀਂ ਰਹਿਣਾ ਆਖਰ ਇੱਕ ਦਿਨ ਚਲਾ ਜਾਣਾ ਹੈ ਉਹ ਪਰਮੇਸ਼ਰ ਦਾ ਨਾਮ ਸਿਮਰਨ ਕਰ ਲਵੇ ਪੁੱਤਰ ਕਲ